ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਵਿੰਦ ਕੌਰ, ਅੱਜ ਦੀਆਂ ਪੰਜਾਬੀ ਖਬਰਾਂ ਲੈ ਕੇ ਹਾਜ਼ਰ ਹਾਂ ਅਤੇ ਸ਼ੁਰੂਆਤ ਕਰ ਲੈਂਦੇ ਹਾਂ ਸੁਰਖੀਆਂ ਦੇ ਨਾਲ। ਪੰਜਾਬ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਚੋਣ ਨਾਮਜ਼ਦਗੀ ਪੱਤਰ ਕੀਤੇ ਦਾਖਲ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ ਭਰੀ ਨਾਮਜ਼ਦਗੀ, ਇਸ ਮੌਕੇ ਹੋਇਆ ਵੱਡਾ ਇਕੱਠ। ਸੁਖਬੀਰ ਬਾਦਲ ਨੇ ਵੀ ਚੋਣ ਨਤੀਜਿਆਂ ਦੀ ਕੀਤੀ ਭਵਿੱਖਬਾਣੀ, ਕਿਹਾ ਭਾਜਪਾ ਦੇਸ਼ ਭਰ ਦੇ ਵਿੱਚ ਬੜੇ ਬੁਰੇ ਤਰੀਕੇ ਦੇ ਨਾਲ ਹਾਰੇਗੀ ਤੇ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਟੁੱਟੇਗੀ ਭਗਵੰਤ ਮਾਨ ਦੀ ਸਰਕਾਰ। ਭਾਈ ਅੰਮ੍ਰਿਤਪਾਲ ਸਿੰਘ ਨੂੰ ਹਰਾਉਣ ਲਈ ਵਿਰੋਧੀ ਚੱਲਣਗੇ ਚਾਲਾਂ। ਸੀਨੀਅਰ ਵਕੀਲ ਸਰਦਾਰ ਹਰਪਾਲ ਸਿੰਘ ਖਾਰਾ ਨੇ ਹਲਕਾ ਖਡੂਰ ਸਾਹਿਬ ਦੀ ਵੋਟਰਾਂ ਨੂੰ ਕੀਤਾ ਸੁਚੇਤ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸਰਦਾਰ ਤੇਜਾ ਸਿੰਘ ਸਮੁੰਦਰੀ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਹਨ ਤੇ ਉਹਨਾਂ ਦਾ ਪੋਤਾ ਤਰਨਜੀਤ ਸਿੰਘ ਸੰਧੂ ਭਾਜਪਾ ਦਾ ਅੰਮ੍ਰਿਤਸਰ ਲੋਕ ਸਭਾ ਚੋਣਾਂ ਲਈ ਉਮੀਦਵਾਰ ਵੀ ਹੈ। ਤਰਨਜੀਤ ਸੰਧੂ ਨੇ ਕੁਝ ਸਮਾਂ ਪਹਿਲਾਂ ਆਪਣੀ ਨੌਕਰੀ ਤੋਂ ਉਦੋਂ ਅਸਤੀਫਾ ਦਿੱਤਾ ਜਦੋਂ ਵਿਦੇਸ਼ਾਂ ਦੇ ਵਿੱਚ ਸਿੱਖ ਆਗੂਆਂ ਦੇ ਹੋ ਰਹੇ ਕਤਲਾਂ ਦੇ ਵਿੱਚ ਤਰਨਜੀਤ ਸੰਧੂ ਦਾ ਨਾਮ ਗੂੰਜਣ ਲੱਗਿਆ। ਹੁਣ ਇਹ ਗੱਲ ਹਰ ਸਿੱਖ ਦੇ ਹਜ਼ਮ ਨਹੀਂ ਹੋ ਸਕਦੀ ਹੈ ਕਿ ਸਿੱਖ ਕੌਮ ਦੀ ਇੰਨੀ ਵੱਡੀ ਸ਼ਖਸੀਅਤ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਕਿੰਜ ਆਪਣੇ ਪੁਰਖਿਆਂ ਤੋਂ ਬਾਗੀ ਹੋ ਸਕਦਾ ਹੈ। ਇਸ ਸੰਬੰਧੀ ਪੇਸ਼ ਇੱਕ ਖਾਸ ਰਿਪੋਰਟ। ਤਰਨਜੀਤ ਸਿੰਘ ਸੰਧੂ ਉਰਫ ਸਮੁੰਦਰੀ ਅੰਮ੍ਰਿਤਸਰ ਪਾਰਲੀਮੈਂਟਰੀ ਸੀਟ ਤੋਂ ਭਾਰਤ ਦੀ ਹੁਕਮਰਾਨ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ। ਉਂਝ ਤਾਂ ਤਰਨਜੀਤ ਸੰਧੂ ਪ੍ਰਸਿੱਧ ਪੰਥਕ ਹਸਤੀ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਹੈ, ਪਰ ਉਸਦਾ ਹਿੰਦੂਤਵੀ ਜਮਾਤ ਨਾਲ ਜੁੜਨਾ ਇੱਕ ਇਤਫਾਕੀਆ ਗੱਲ ਨਹੀਂ ਕਹੀ ਜਾ ਸਕਦੀ। ਭਾਰਤ ਦੇ ਕੌਨਵੈਂਟ ਸਕੂਲਾਂ ਦੀ ਪੜ੍ਹਾਈ ਹਰ ਉਸ ਬੰਦੇ ਨੂੰ ਕੁਝ ਅਜਿਹਾ ਅਖੌਤੀ ਰਾਸ਼ਟਰਵਾਦੀ ਬਣਾ ਹੀ ਦਿੰਦੀ ਹੈ ਜਿਹੜਾ ਆਪਣੀ ਕੌਮ ਅਤੇ ਭਾਈਚਾਰੇ ਨਾਲੋਂ ਉਸਦੇ ਨੌਕਰੀ ਦਾਤਿਆਂ ਲਈ ਵਧੇਰੇ ਵਫ਼ਾਦਾਰ ਬਣ ਜਾਂਦਾ ਹੈ। ਜੇ ਪਰਿਵਾਰਕ ਰਿਸ਼ਤੇ ਕਮਜ਼ੋਰ ਹੋ ਜਾਣ ਅਤੇ ਮਾਪੇ ਆਪਣੇ ਬੱਚਿਆਂ ਦੀ ਧਾਰਮਿਕ ਸਿੱਖਿਆ ਵੱਲ ਧਿਆਨ ਨਾ ਦੇਣ ਤਾਂ ਉਹਨਾਂ ਬੱਚਿਆਂ ਵਿੱਚੋਂ ਕਈ ਬੱਚੇ ਅੱਗੇ ਜਾ ਕੇ ਕੇਪੀ ਗਿੱਲ, ਜਨਰਲ ਕੁਲਦੀਪ ਰਾ, ਅਜੀਤ ਸੰਧੂ, ਸਵਰਨ ਘੋਟਣੇ ਜਿਹੇ ਵੀ ਬਣ ਜਾਂਦੇ ਨੇ। ਬਿਲਕੁਲ ਠੀਕ, ਤਰਨਜੀਤ ਸੰਧੂ ਨੇ ਵੀ ਸਿੱਖ ਪਰਿਵਾਰ ਦੇ ਵਿੱਚ ਜੰਮੇ ਉਹਨਾਂ ਵੱਡੇ ਭਾਰਤੀ ਅਫਸਰਾਂ ਵਾਂਗ ਕੌਨਵੈਂਟ ਸਕੂਲਾਂ ਤੋਂ ਸਿੱਖਿਆ ਹਾਸਲ ਕੀਤੀ ਅਤੇ ਉੱਚੇ ਦਰਜੇ ਦੀ ਅਫਸਰੀ ਹਾਸਲ ਕਰ ਲਈ, ਪਰ ਉਹ ਆਪਣੇ ਧਰਮ ਅਤੇ ਖਾਨਦਾਨੀ ਕਿਰਦਾਰ ਤੋਂ ਹਮੇਸ਼ਾ ਲਈ ਦੂਰ ਹੋ ਗਿਆ। ਇੱਕ ਸਾਲ ਪਹਿਲਾਂ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਭਾਰਤੀ ਏਜੰਸੀ ਰਾਹ ਨੇ ਕਤਲ ਕਰਵਾ ਦਿੱਤਾ ਸੀ। ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਰਹਿੰਦੇ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਵਿਉਂਤਬੰਦੀ ਵੀ ਕਰ ਲਈ ਸੀ, ਪਰ ਐਨ ਮੌਕੇ ਉੱਤੇ ਅਮਰੀਕੀ ਜਾਂਚ ਏਜੰਸੀ ਨੂੰ ਪਤਾ ਲੱਗਣ ਕਾਰਨ ਇੱਕ ਵੱਡਾ ਵਾਕਾ ਹੋਣ ਤੋਂ ਬਚ ਗਿਆ। ਇਸ ਗੱਲ ਦੇ ਜੱਗ ਜ਼ਾਹਿਰ ਹੋਣ ਦੇ ਕੁਝ ਦਿਨਾਂ ਬਾਅਦ ਹੀ ਜਿੱਥੇ ਰਾਹ ਦਾ ਮੁਖੀ ਸਾਮੰਤ ਗੋਇਲ ਨੌਕਰੀ ਛੱਡ ਲਾਂਭੇ ਹੋ ਗਿਆ, ਉੱਥੇ ਹੀ ਤਰਨਜੀਤ ਸੰਧੂ ਵੀ ਨੌਕਰੀ ਤੋਂ ਪਰੇ ਹੋ ਗਿਆ। ਆਜ਼ਾਦੀ ਪਸੰਦ ਅਤੇ ਸੰਘਰਸ਼ ਕਰ ਰਹੇ ਸਿੱਖ ਚਿੰਤਕ ਇਹ ਗੱਲ ਨਿੱਠ ਕੇ ਕਰਦੇ ਨੇ ਕਿ ਤਰਨਜੀਤ ਸੰਧੂ ਵੀ ਇਹਨਾਂ ਕਾਤਲਾਂ ਅਤੇ ਸਾਜ਼ਿਸ਼ ਦੇ ਵਿੱਚ ਬਰਾਬਰ ਦੋਸ਼ੀ ਹੈ ਅਤੇ ਸਿੱਖਾਂ ਦਾ ਕਾਤਲ ਹੈ। ਹੁਣ ਇਹ ਬਿਲਕੁਲ ਇਤਫਾਕ ਨਹੀਂ ਹੈ ਕਿ ਸਿੱਖਾਂ ਦੇ ਚੋਟੀ ਦੇ ਲੀਡਰ ਅਤੇ ਫਖਰ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਸਿੱਖਾਂ ਦਾ ਕਾਤਲ ਕਿਵੇਂ ਬਣ ਗਿਆ। ਭਾਰਤ ਦੇ ਉਚੇਰੀ ਵਿਦਿਆ ਦੇ ਅਦਾਰੇ
ਅਤੇ ਸਿਸਟਮ ਅਫਸਰਾਂ ਦੀ ਇੱਕ ਅਜਿਹੀ ਜੁੰਡਲੀ ਤਿਆਰ ਕਰਨ ਦੇ ਵਿੱਚ ਮਾਹਿਰ ਨੇ ਜਿਹੜੀ ਜੁੰਡਲੀ ਆਪਣੇ ਭਾਈਚਾਰੇ ਦਾ ਖੂਨ ਪੀਣ ਤੋਂ ਵੀ ਗੁਰੇਜ਼ ਨਹੀਂ ਕਰਦੀ। ਤਰਨਜੀਤ ਸੰਧੂ ਨੇ ਜਿਸ ਤਰੀਕੇ ਨਾਲ ਭਾਰਤੀ ਸਿਸਟਮ ਦੀ ਵਫ਼ਾਦਾਰੀ ਕੀਤੀ, ਉਹ ਭਾਰਤ ਦੇ ਮੌਜੂਦਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਅਮਿਤ ਸ਼ਾਹ ਜਿਹੇ ਹਿੰਦੂਤਵੀ ਲੀਡਰਾਂ ਨੂੰ ਵੀ ਸੋਚਣ ਲਈ ਮਜਬੂਰ ਕਰਦੀ ਹੈ ਕਿ ਅਸੀਂ ਭਾਰਤੀ ਰਾਸ਼ਟਰਵਾਦ ਦੀ ਸੰਧੂ ਵਾਂਗ ਸੇਵਾ ਕਿਉਂ ਨਹੀਂ ਕਰ ਸਕਦੇ। ਸੋ ਭਾਰਤ ਦੇ ਸਿਆਸੀ ਤੰਤਰ ਨੂੰ ਬਾਰੀਕ ਬੀਨੀ ਨਾਲ ਕੋਖ ਰਹੇ ਪੰਡਤਾਂ ਮੁਤਾਬਕ ਤਰਨਜੀਤ ਸੰਧੂ ਮੁਲਕ ਦਾ ਅਗਲਾ ਵਿਦੇਸ਼ ਮੰਤਰੀ ਬਣੇਗਾ ਅਤੇ ਇਸ ਲਈ ਉਸਨੇ ਰਾਸ਼ਟਰਵਾਦ ਦਾ ਟੈਸਟ ਚੰਗੇ ਨੰਬਰ ਲੈ ਕੇ ਪਾਸ ਕਰ ਲਿਆ। ਭਾਰਤੀ ਸਿਸਟਮ ਦੁਨੀਆ ਦੇ ਮੁਲਕਾਂ ਨੂੰ ਵੀ ਇਹ ਦੱਸਣ ਦੀ ਕੋਸ਼ਿਸ਼ ਕਰੇਗਾ ਕਿ ਸਿੱਖ ਪੰਜਾਬ ਦੀ ਆਜ਼ਾਦੀ ਜਾਂ ਖਾਲਿਸਤਾਨ ਦੇ ਲਈ ਕੋਈ ਸੰਘਰਸ਼ ਨਹੀਂ ਕਰ ਰਹੇ ਅਤੇ ਉਹਨਾਂ ਦਾ ਭਾਰਤ ਵਿੱਚ ਪੂਰਾ ਮਾਣ ਤਾਣ ਬਰਕਰਾਰ ਹੈ। ਭਾਰਤ ਵੱਲੋਂ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਰਗੇ ਮੁਲਕਾਂ ਨੂੰ ਇਹ ਵੀ ਦੱਸਣ ਦਾ ਯਤਨ ਕੀਤਾ ਜਾਵੇਗਾ ਕਿ ਅਸੀਂ ਆਜ਼ਾਦੀ ਪਸੰਦ ਸੰਘਰਸ਼ ਕਰਨ ਵਾਲਿਆਂ ਦੇ ਕਾਤਲਾਂ ਨੂੰ ਵਿਦੇਸ਼ ਮੰਤਰੀ ਤੱਕ ਦੇ ਅਹੁਦਿਆਂ ਨਾਲ ਨਿਵਾਜ ਸਕਦੇ ਹਾਂ। ਸੋ ਜੂਨ ਮਹੀਨੇ ਅਗਲੀ ਸਰਕਾਰ ਦੇ ਵਿਦੇਸ਼ ਮੰਤਰੀ ਵਜੋਂ ਤਰਨਜੀਤ ਸੰਧੂ ਸਹੁੰ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬਿਊਰੋ ਰਿਪੋਰਟ, ਸਤਲੁਜ ਨੈਟਵਰਕ। ਅੱਜ ਦਾ ਦਿਨ ਸਿਆਸੀ ਤੌਰ ਉੱਤੇ ਕਾਫ਼ੀ ਗਰਮਾਇਆ ਰਿਹਾ ਕਿਉਂਕਿ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਅਤੇ ਜੇਕਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਉਹਨਾਂ ਲਈ ਅੱਜ ਦਾ ਦਿਨ ਖਾਸ ਹੋ ਨਿਬੜਿਆ ਕਿਉਂਕਿ ਉਹਨਾਂ ਦਾ ਸਮਰਥਨ ਕਰਨ ਲਈ ਠਾਠਾਂ ਮਾਰ ਦਾ ਇਕੱਠ ਆਸਮਾਨ ਥੱਲੇ ਇਕੱਠਾ ਹੋਇਆ। ਤਮਾਮ ਪੰਥਕ ਧਿਰਾਂ ਅਤੇ ਹਰ ਧਰਮਾਂ ਦੇ ਲੋਕ ਸਰਦਾਰ ਮਾਨ ਦੇ ਹੱਕ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ। ਇਸ ਮੌਕੇ ਸੱਜੀਆਂ ਸਟੇਜਾਂ ਨੇ ਵੀ ਨਵਾਂ ਹੀ ਰਿਕਾਰਡ ਬਣਾ ਦਿੱਤਾ ਕਿਉਂਕਿ ਪੰਥ ਦੇ ਦੋਖੀ ਜਿਹੜੇ ਲੋਕ ਹੈ ਉਹਨਾਂ ਨੂੰ ਇਹ ਇੱਕ ਸੁਨੇਹਾ ਦੇਣਾ ਹੈ ਕਿ ਅਸਲੀ ਪੰਥ ਕੌਣ ਹੈ ਅਤੇ ਅਸਲੀ ਪੰਥ ਦੇ ਰਾਖੇ ਕੌਣ ਹੈ। ਤੁਹਾਡੇ ਕੋਲ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੋਈ ਸਿਫਤ ਨਹੀਂ ਕਰਨ ਆਈ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ 40 ਸਾਲਾਂ ਤੋਂ ਇੱਕੋ ਮਿਸ਼ਨ 'ਤੇ ਕੰਮ ਕਰ ਰਹੇ ਆ। ਨਾ ਤਾਂ ਉਹਨਾਂ ਨੇ ਪਾਰਟੀਆਂ ਬਦਲੀਆਂ, ਨਾ ਉਹਨਾਂ ਨੇ ਸਿਧਾਂਤ ਛੱਡਿਆ। ਜਦੋਂ ਉਹ ਇੱਕ ਹੰਡੇ ਵਰਤੇ ਅਤੇ ਇਸ ਵੇਲੇ ਸਿਟਿੰਗ MP ਹੈ ਸਾਡੇ ਕੋਲ, ਤਜਰਬੇਕਾਰ ਹੈ, ਹਰ ਤਰ੍ਹਾਂ ਉਹਨਾਂ ਨੂੰ ਜਿਹੜੀ ਹਮਾਇਤ ਹੈ ਜਿਹੜੀ ਉਹ ਸਿੱਖ ਪੰਥ ਦੀ ਹੈ। ਅਤੇ ਮੈਂ ਜੇ ਅੱਜ ਵੀ ਉਹਨਾਂ ਦਾ ਕੁਰਬਾਨੀ ਵੇਖ ਕੇ ਮੈਨੂੰ ਲੱਗਿਆ ਕਿ ਮੈਂ ਜ਼ਰੂਰ ਉਹਨਾਂ ਦੀ ਜਿਹੜੀ ਪੇਪਰ ਫਾਈਲ ਹੋਣੇ ਆ ਉਹਨਾਂ ਵਿੱਚ ਸ਼ਮੂਲੀਅਤ ਕਰਨੀ ਹੈ। ਆਪਾਂ ਇੱਕ ਇੱਕ ਗੱਲ ਪਾਰਟੀਆਂ ਬਾਰੇ ਕਰ ਲੈਂਦੇ ਹਾਂ। ਜਿਹੜੀ ਕਾਂਗਰਸ ਪਾਰਟੀ ਹੈ ਮੈਂ ਕਹਿੰਦੀ ਹਾਂ ਇਹਦੇ ਵਿੱਚ ਕਦੇ ਵੀ ਪੰਥ ਦੇ ਭਲੇ ਦੀ ਗੱਲ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੀ ਆਈਡੀਓਲੋਜੀ 'ਚ ਅਤੇ ਸਾਡੀ ਸਿੱਖ ਸਿਧਾਂਤ ਆਈਡੀਓਲੋਜੀ ਵਿੱਚ ਬਹੁਤ ਫਰਕ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ 40 ਸਾਲ ਪਹਿਲਾਂ ਸਾਡੇ ਅਕਾਲ ਤਖ਼ਤ 'ਤੇ ਹਮਲਾ ਕਰਕੇ ਸਾਨੂੰ ਜਿਹੜਾ ਇੱਕ ਜ਼ਖਮ ਦਿੱਤਾ ਹੈ ਉਹ ਨਾ ਸਦੀਆਂ ਤੱਕ ਕਦੇ ਮਿਟਣਾ ਹੈ ਅਤੇ ਨਾ ਕਦੇ ਮਿਟਿਆ ਹੈ। ਦੂਜੀ ਪਾਰਟੀ ਰਹੀ ਅਕਾਲੀ ਦਲ ਪਾਰਟੀ ਜਿਹੜੀ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਂਦੀ ਹੈ। ਮੇਰੇ ਕੋਲ ਇੱਕ ਦੋ ਸਵਾਲ ਹੈ ਉਹਨਾਂ ਦੇ ਲਈ, ਪਤਾ ਨਹੀਂ ਕਿਉਂ ਉਹ ਆਪਣੇ ਆਪ ਨੂੰ ਅਖੌਤੀ ਪੰਥਕ ਲੋਕ ਹੈ ਜਿਹੜੇ ਉਹ ਆਪਣੇ ਆਪ ਨੂੰ ਸਮਝਦੇ ਤਾਂ ਪੰਥਕ ਹੈ ਪਰ ਉਹਨਾਂ ਨੇ ਕਦੇ ਪੰਥ ਦੀ ਪੀੜ ਜਿਹੜੀ ਉਹ ਬਿਲਕੁਲ ਨਹੀਂ ਵੇਖੀ, ਬਿਲਕੁਲ ਨਹੀਂ ਸਮਝੀ। ਉਦਾਹਰਨਾਂ ਸਾਰੀਆਂ ਤੁਹਾਡੇ ਸਾਹਮਣੇ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਲੋਕ ਸਭਾ ਸੀਟ ਲਈ ਕਾਗਜ਼ ਦਾਖਲ ਕਰਨ ਦੇ ਮਗਰੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿੱਥੇ ਉਹਨਾਂ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਇਸ ਵਾਰ ਦੇਸ਼ ਦੇ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣਨਗੇ, ਕਿਉਂਕਿ ਸਰਵੇ ਦੇ ਮੁਤਾਬਿਕ ਹਰ ਥਾਂ ਭਾਜਪਾ ਦਾ ਸਫਾਇਆ ਹੋਣ ਜਾ ਰਿਹਾ। ਇਸ ਤੋਂ ਇਲਾਵਾ ਬਾਦਲ ਨੇ ਭਗਵੰਤ ਮਾਨ ਨੂੰ ਅਮਿਤ ਸ਼ਾਹ ਦਾ ਯਾਰ ਦੱਸਿਆ ਅਤੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਵੀ ਟੁੱਟਣ ਜਾ ਰਹੀ ਹੈ। ਜਿਹੜਾ ਪੰਜਾਬ ਦਾ ਦੇਸ਼ ਦਾ ਸਿਨੇਰੀਓ ਲੱਗ ਰਿਹਾ, ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ ਬੀਜੇਪੀ ਦੀ ਸਰਕਾਰ ਨਹੀਂ ਬਣ ਰਹੀ, ਇੱਕ ਜਿਹੜਾ ਮੈਸੇਜ ਕਲੀਅਰ। ਨੌਰਥ ਇੰਡੀਆ 'ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ, ਜਿੱਥੇ 100% ਰਿਜ਼ਲਟ ਹੈ, ਕਿਤੇ 80% ਰਹਿ ਗਿਆ, ਕਿਤੇ 60 ਰਹਿ ਗਿਆ, ਕਿਤੇ 50 ਵੀ ਰਹਿ ਗਿਆ। ਸੋ ਜਿੱਥੇ ਨੌਰਥ ਇੰਡੀਆ ਜਿੱਥੇ ਉਹਨਾਂ ਦਾ ਗੜ੍ਹ ਸੀ, ਸਾਊਥ ਇੰਡੀਆ 'ਚ ਐਨੀਵੇ ਉਹਨਾਂ ਦਾ ਕੁਝ ਹੈ ਨਹੀਂ। ਸੋ ਜਿੱਥੇ ਉਹਨਾਂ ਦਾ ਗੜ੍ਹ ਸੀ, ਮਹਾਰਾਸ਼ਟਰਾ 'ਚ ਕੰਪਲੀਟਲੀ ਕਰੈਸ਼ ਵਾਈਪ ਆਊਟ, ਮਹਾਰਾਸ਼ਟਰਾ ਵੀ, ਬਿਹਾਰ 'ਚ ਵੀ ਮੈਸਿਵ ਓਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ, ਉਵੇਂ ਦਿੱਲੀ ਹੈ, ਉਵੇਂ ਹਰਿਆਣਾ ਤੁਹਾਡੇ ਨਾਲ ਗੁਆਂਢ 'ਚ ਹੈ, ਰਾਜਸਥਾਨ 'ਚ। ਮੈਨੂੰ ਕੋਈ ਬੀਜੇਪੀ ਦਾ ਕੋਈ ਆਇਆ ਸੀ ਬੰਦਾ, ਅਸੀਂ ਬੈਠੇ ਕਿਤੇ ਗੱਲਾਂ ਕਰ ਰਹੇ ਸੀ, ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗਾਉਣਗੀਆਂ ਸਾਨੂੰ, 25 ਚੋਂ 15। ਸੋ ਐਨ ਦਸ ਦਸ ਇੱਕ ਇੱਕ ਸੂਬੇ 'ਚੋਂ ਡਿੱਗਣ ਲੱਗ ਜਾਣ, ਕਿੱਥੇ ਸਰਕਾਰ ਬਣੂਗੀ। ਐਨ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ, ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣ ਰਹੀ। ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ 'ਤੇ ਲੱਗ ਗਏ ਹੈ ਅਤੇ ਕਹਿਣ ਲੱਗੇ ਮੰਦਰ ਸੂਤਰ ਖੋਲ੍ਹ ਲੈਣਗੇ, ਜਾਂ 70 ਸਾਲ ਤੱਕ ਖੋਏ ਨਹੀਂ, ਹੁਣ ਕਿੱਥੇ ਖੋਲ੍ਹ ਲੈਣਗੇ। ਕਾਂਗਰਸ ਨਹੀਂ, ਮੈਂ ਖਾਲੀ ਰੀਜਨਲ ਪਾਰਟੀਜ਼ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇੱਥੇ, ਇੱਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਬੰਧਨ ਹੈ। ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉੱਥੇ ਵੀਕ ਕਰਤਾ, ਇਹਨਾਂ ਨੇ ਇਹਦਾ ਵੀਕ ਹੈ ਅਤੇ ਉੱਧਰ ਕਾਂਗਰਸ। ਦੂਜੀ ਗੱਲ ਜਿਹੜੀ ਮੈਂ ਦੇਖੀ ਹੈ, ਆਮ ਆਦਮੀ ਪਾਰਟੀ ਟੁੱਟੂਗੀ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ। ਭਗਵੰਤ ਮਾਨ ਐਂਡ ਅਮਿਤ ਸ਼ਾਹ ਆਰ ਵਨ, ਤੁਹਾਡੇ ਸਾਹਮਣੇ ਹੈ। ਪੰਜਾਬ ਦੇ ਉੱਤੇ ਇੱਕ ਵੱਡੀ ਵਿਪਤਾ ਆਉਣ ਵਾਲੀ ਹੈ। ਦਰਅਸਲ ਭਗਵੰਤ ਮਾਨ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਹੁਣ ਗੁਆਂਢੀ ਸੂਬਿਆਂ ਨੂੰ ਦੇਣ ਲਈ ਤਿਆਰੀ ਕਰ ਰਿਹਾ। ਇਸ ਲਈ ਬਕਾਇਦਾ ਪੰਜਾਬ ਦੇ ਪਟਵਾਰੀਆਂ ਨੂੰ ਧਮਕਾ ਕੇ ਨਹਿਰੀ ਪਾਣੀ ਨੂੰ ਸਰਪਲਸ ਦਿਖਾਇਆ ਜਾਵੇਗਾ ਤਾਂ ਕਿ ਹੋਰ ਸੂਬਿਆਂ ਨੂੰ ਇਹ ਪਾਣੀ ਦਿੱਤਾ ਜਾ ਸਕੇ। ਅਤੇ ਜੋ ਪਟਵਾਰੀ ਅਤੇ ਅਫਸਰ ਭਗਵੰਤ ਮਾਨ ਸਰਕਾਰ ਦੇ ਇਹਨਾਂ ਹੁਕਮਾਂ ਨੂੰ ਨਹੀਂ ਮੰਨ ਰਹੇ, ਉਹਨਾਂ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਦਾ ਖੁਲਾਸਾ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਕੀਤਾ। ਰਾਜੇਵਾਲ ਨੇ ਇਸ ਮੌਕੇ ਪੰਜਾਬੀਆਂ ਨੂੰ ਆਪਣਾ ਪਾਣੀ ਬਚਾਉਣ ਲਈ ਵਾਸਤੇ ਪਾਏ ਅਤੇ ਹਾਲਾਤ ਸਮਝਣ ਲਈ ਅਪੀਲ ਕੀਤੀ ਹੈ। ਸਾਡੇ ਪੰਜਾਬ ਦੀ ਸਰਕਾਰ ਨੇ ਇੱਕ ਨਵਾਂ ਕੰਮ ਸ਼ੁਰੂ ਕਰਤਾ ਜਿਹਦੇ ਨਾਲ ਪਾਣੀ ਲੈਣ ਵਾਲਿਆਂ ਨੂੰ ਬਲ ਮਿਲੇਗਾ, ਜਿਹੜੇ ਪੰਜਾਬ ਚੋਂ ਪਾਣੀ ਮੰਗਦੇ ਨੇ। ਉਹਨਾਂ ਨੇ ਕਹਿਤਾ ਵੀ ਆਪਣੀ ਆਪਪਾਸ਼ੀ 100% ਦਿਖਾਓ ਪਟਵਾਰੀ, ਨਹਿਰੀ ਪਟਵਾਰੀਆਂ ਨੂੰ, ਜਿੱਥੇ 5% ਰਿਕਾਰਡ ਦੇ ਵਿੱਚ ਆਪਪਾਸ਼ੀ ਹੋ ਰਹੀ ਹੈ ਉਹਨੂੰ 50% ਦਿਖਾਓ, ਜਿੱਥੇ 50% ਹੁੰਦੀ ਹੈ ਉਹਨੂੰ 100% ਦਿਖਾਓ। ਇੱਕ ਤਰ੍ਹਾਂ ਦਾ ਡਾਕੂਮੈਂਟਰੀ ਐਵੀਡੈਂਸ ਤਿਆਰ ਕੀਤੀ ਜਾ ਰਹੀ ਹੈ ਭਈ ਪੰਜਾਬ ਵਿੱਚ ਪਾਣੀ ਅਸੀਂ ਸਾਰੇ ਖੇਤਾਂ ਨੂੰ ਲਾਤਾ, ਜੇ ਸਾਡੇ ਕੋਲ ਫੇਰ ਵੀ ਪਾਣੀ ਬਚਦਾ, ਇੱਦਾਂ ਦਾ ਕੇਸ ਤਿਆਰ ਕੀਤਾ ਜਾ ਰਿਹਾ ਜਿਹੜਾ ਪੰਜਾਬ ਲਈ ਬੜਾ ਘਾਤਕ ਹੋਏਗਾ। ਔਰ ਇਹਦੇ ਲਈ ਨਹਿਰੀ ਪਟਵਾਰੀਆਂ ਨੂੰ ਸਾਰੇ ਅਮਲੇ ਫੈਲੇ ਨੂੰ ਡਰਾਇਆ ਜਾ ਰਿਹਾ, ਕੋਈ 250-250 ਪਟਵਾਰੀਆਂ ਨੂੰ ਚਾਰਜਸ਼ੀਟ ਕਰਤਾ ਇਸ ਲਈ ਜਿਨ੍ਹਾਂ ਨੇ ਇਨਕਾਰ ਕੀਤਾ ਵੀ ਅਸੀਂ ਗਲਤ ਰਿਕਾਰਡ ਤਿਆਰ ਨਹੀਂ ਕਰਨਾ, ਉਹਨਾਂ ਨੂੰ ਚਾਰਜਸ਼ੀਟ ਕਰ ਦਿੱਤਾ।
ਉਹਨਾਂ ਦੇ ਪਟਵਾਰੀ ਯੂਨੀਅਨ ਦਾ ਪ੍ਰਧਾਨ ਹੈ ਜਿਹੜਾ ਜਸਕਰਨ ਸਿੰਘ ਗਹਿਰੀ ਬੁੱਟਰ, ਉਹਨੂੰ ਸਸਪੈਂਡ ਕਰਤਾ। ਸਸਪੈਂਡ ਕਰਕੇ ਬਠਿੰਡੇ ਤੋਂ ਬਦਲ ਕੇ ਉਹਨੂੰ ਸ਼ਾਹਪੁਰ ਕੰਡੀ ਉਥੇ ਰਿਪੋਰਟ ਕਰਨ ਨੂੰ ਕਹਿਤਾ ਡਿਊਰਿੰਗ ਸਸਪੈਂਸ਼ਨ ਪੀਰੀਅਡ। ਸਾਰਾ ਜ਼ੋਰ ਇਸ ਗੱਲ ਤੇ ਲੱਗ ਰਿਹਾ ਭਈ ਇਲੈਕਸ਼ਨ ਦੇ ਦੌਰਾਨ ਲੋਕਾਂ ਦਾ ਧਿਆਨ ਇਲੈਕਸ਼ਨ ਚ ਹੈ, ਅਸੀਂ ਇਸੇ ਪੀਰੀਅਡ ਦੇ ਵਿਚ ਅਸੀਂ ਇਕ ਰਿਕਾਰਡ ਤਿਆਰ ਕਰ ਲਈਏ ਭਈ ਪੰਜਾਬ ਦੇ ਕੋਲ ਬਹੁਤ ਪਾਣੀ ਹੈ। ਸਾਡਾ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਨੂੰ ਤਾਂ ਮਿਲਣ ਨੂੰ ਉਹਦੇ ਕੋਲ ਵਿਹਲ ਨਹੀਂ ਸੀ। ਰਾਜਸਥਾਨ ਦੇ ਕਿਸਾਨ ਜਥੇਬੰਦੀਆਂ ਨੂੰ ਨਾਲ ਹਨੁਮਾਨ ਸਿੰਘ ਜਿਹੜਾ ਉੱਥੇ ਦਾ ਇਕ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੂੰ ਮਿਲਣ ਵਾਸਤੇ ਬਠਿੰਡੇ ਸਾਰਾ ਅਮਲਾ ਫੈਲਾ ਲੈ ਕੇ ਗਿਆ। ਉੱਥੇ ਉਹਨਾਂ ਨੇ ਅੰਦਰ ਖਾਤੇ ਵਾਅਦਾ ਕਰਿਆ ਆ ਭਈ ਪਾਣੀ ਜਿੰਨਾ ਚਾਹੀਦਾ ਤੁਹਾਨੂੰ ਦਿਆਂਗੇ, ਪਰ ਰੌਲਾ ਨਾ ਪਾਇਓ, ਚੁੱਪ ਕਰਕੇ ਲੈ ਲਿਓ। ਔਰ ਉਹਨਾਂ ਨੇ ਜਾ ਕੇ ਇਹ ਓਪਨ ਹੋ ਗਿਆ ਜਦੋਂ ਉਹਨਾਂ ਨੇ ਜਾ ਕੇ ਹਨੁਮਾਨਗੜ੍ਹ ਚ ਦੀਵਾਲੀ ਮਨਾਈ ਔਰ ਇਹਦਾ ਮੀਡੀਆ ਚ ਧੰਨਵਾਦ ਕੀਤਾ, ਇਹ ਐਕਸਪੋਜ਼ ਹੋ ਗਿਆ। ਫਿਰ ਉਦੋਂ ਬਾਅਦ ਦੁਬਾਰਾ ਐਕਸਪੋਜ਼ ਹੋਇਆ ਜਦੋਂ 15 ਕੁ ਦਿਨਾਂ ਬਾਅਦ ਜਾ ਕੇ ਗੰਗਾਨਗਰ ਵਿਚ ਇਕ ਰੈਲੀ ਚ ਐਡਰੈਸ ਕਰਦੇ ਆ ਸਾਡਾ ਮੁੱਖ ਮੰਤਰੀ ਕਹਿੰਦਾ ਪਾਣੀ ਜਿੰਨਾ ਮਰਜ਼ੀ ਲੈ ਦਿਓ, ਸਾਡੀ ਸਰਕਾਰ ਇੱਥੇ ਬਣਾ ਦਿਓ। ਔਰ ਉਹਨਾਂ ਦਿਨਾਂ ਵਿਚ ਸਾਡਾ ਪੰਜਾਬ ਦਾ ਖਜ਼ਾਨਾ ਮੰਤਰੀ ਕੇਜਰੀਵਾਲ ਦੇ ਨਾਲ ਹਰਿਆਣੇ ਦੇ ਦੌਰੇ ਤੇ ਸੀ ਜਿੱਥੇ ਇਨ੍ਹਾਂ ਨੇ ਵੀ ਅਨਾਊਂਸ ਕੀਤਾ ਵੀ ਜਿੰਨਾ ਪਾਣੀ ਲੈ ਦਿਓ ਹਰਿਆਣੇ ਨੂੰ ਪਾਣੀ ਮਿਲੇਗਾ ਪਰ ਸਰਕਾਰ ਸਾਡੀ ਬਣਾ ਦਿਓ। ਇਹਦਾ ਮਤਲਬ ਇਹ ਹੋਇਆ ਇਨ੍ਹਾਂ ਨੂੰ ਤਾਂ ਸਰਕਾਰ ਬਣਾਉਣ ਨਾਲ ਮਤਲਬ ਹੈ, ਉਹਦੇ ਚ ਪੰਜਾਬ ਦੀ ਕੁਰਬਾਨੀ ਦੇਣ ਨੂੰ ਵੀ ਤਿਆਰ ਨੇ। ਟਕਸਾਲੀ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਸਾਬਕਾ IAS ਬੀਬੀ ਪਰਮਪਾਲ ਕੌਰ ਵੱਲੋਂ ਅੱਜ ਭਾਜਪਾ ਦੇ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਗਿਆ। ਇਸ ਮੌਕੇ ਬੀਬੀ ਪਰਮਪਾਲ ਕੌਰ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਪਰ ਉਹ ਪਿੱਛੇ ਨਹੀਂ ਹਟਣਗੇ। ਬੀਬੀ ਪਰਮਪਾਲ ਕੌਰ ਨੂੰ ਜਦੋਂ ਇਸ ਮੌਕੇ ਉਹਨਾਂ ਦੇ ਸਹੁਰਾ ਸਾਹਿਬ ਯਾਨੀ ਕਿ ਸਿਕੰਦਰ ਸਿੰਘ ਮਲੂਕਾ ਦੀ ਗੈਰ ਹਾਜ਼ਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੇਰਾ ਸਾਰਾ ਪਰਿਵਾਰ ਮੇਰੇ ਨਾਲ ਹੈ। ਕਿਸੇ ਨਾਲ ਮੈਂ ਮੁਕਾਬਲਾ ਨਹੀਂ ਦੇਖ ਰਹੀ, ਬਹੁਤ ਵੱਡੇ ਮਾਰਜਨ ਨਾਲ ਬੀਜੇਪੀ ਜਿੱਤ ਰਹੀ ਹੈ। ਸਾਰੇ ਪੰਜਾਬ ਦੇ ਵਿੱਚ, ਸਾਰੇ ਇੰਡੀਆ ਦੇ ਵਿੱਚ ਮੈਂ ਕਹੂੰਗੀ ਬੀਜੇਪੀ ਦੀ ਲਹਿਰ ਹੈ। 400 ਪਾਰ ਦਾ ਨਾਰਾ, 3 ਸੀਟਾਂ ਆਲਰੇਡੀ ਬੀਜੇਪੀ ਆਨਾਪੋਸ ਜਿੱਤ ਚੁੱਕੀ ਹੈ। ਸੋ ਮੈਂ ਕਿਸੇ ਨਾਲ ਆਪਦਾ ਮੁਕਾਬਲਾ ਨਹੀਂ ਦੇਖਦੀ, ਉਹਨਾਂ ਦੇ ਮੁਕਾਬਲੇ ਆਪਸ 'ਚ ਅਸੀਂ ਵੱਡੀ ਮਾਰਜਨ ਨਾਲ ਜਿੱਤ ਰਹੇ ਹਾਂ। ਬਹੁਤ ਵੱਡਾ ਮਾਰਜਨ ਦੇਖ ਰਹੇ ਹਾਂ, ਲੱਖਾਂ ਦਾ ਮਾਰਜਨ ਮੇਰਾ ਰਹੂਗਾ। ਬਾਕੀ ਕੈਂਡੀਡੇਟਸ ਜਿਹੜੇ ਹੈਗੇ ਆਪਸ ਦੇ ਵਿੱਚ, ਜਥੇਬੰਦੀਆਂ ਦੇ ਵਿਰੋਧ ਨੂੰ ਕਿਵੇਂ ਦੇਖਦੇ ਹੋ? ਕੱਲ ਵੀ ਕੋਈ ਜਥੇਬੰਦੀਆਂ ਦਾ ਵਿਰੋਧ ਨਹੀਂ ਹੈਗਾ ਜੀ, ਮਖੌਟਾ ਪਾ ਕੇ ਜਥੇਬੰਦੀਆਂ ਦਾ ਵਿਰੋਧੀ ਪਾਰਟੀਆਂ ਸਾਨੂੰ ਅਪੋਜ਼ ਕਰਦੀਆਂ। ਉਹਨਾਂ ਨੂੰ ਇਹ ਹੈ ਕਿ ਜੇ ਅਸੀਂ ਕੰਪੇਨ ਕਰਨ ਚਲੇ ਗਏ ਲੋਕ ਸਾਨੂੰ ਸਾਥ ਦੇਣਾ ਸ਼ੁਰੂ ਹੋ ਗਏ, ਉਹਨਾਂ ਦਾ ਕੁਛ ਨਹੀਂ ਬਣਨਾ। ਘਬਰਾਏ ਹੋਏ ਹੈ, ਘਬਰਾਹਟ ਦੇ ਵਿੱਚ ਆ ਕੇ ਹੀ ਮੇਰੀ ਰਿਟਾਇਰਮੈਂਟ ਰੋਕੀ, ਘਬਰਾਹਟ ਦੇ ਵਿੱਚ ਆ ਕੇ ਹੀ ਮੇਰੀ ਕੰਪੇਨ ਰੋਕੀ ਜਾ ਰਹੀ ਹੈ। ਕੋਈ ਮੇਰੇ ਖਿਲਾਫ ਮੇਰਾ ਵਿਰੋਧ ਨਹੀਂ ਕਰ ਰਿਹਾ ਸਿਵਾਏ ਵਿਰੋਧੀ ਪਾਰਟੀਆਂ ਤੋਂ। ਉਹ ਮਖੌਟਾ ਪਾ ਕੇ ਕਿਸਾਨਾਂ ਦਾ ਇੱਥੇ ਆ ਕੇ ਸਾਡਾ ਵਿਰੋਧ ਕਰ ਰਹੇ ਨੇ ਬੰਦੇ ਜਿਹੜੇ ਮੈਂ ਇਸ ਤਰ੍ਹਾਂ ਕਰ ਰਹੀ ਹਾਂ? ਅਕਾਲੀ ਦਲ ਦੇ ਬੰਦੇ, ਆਮ ਆਦਮੀ ਪਾਰਟੀ ਦੇ ਬੰਦੇ, ਕਿਉਂਕਿ ਉਹਨਾਂ ਦੀਆਂ ਫੇਸਬੁੱਕਾਂ ਤੇ ਉਹਨਾਂ ਦੀਆਂ ਫੋਟੋਆਂ ਮੈਂ ਸਾਫ਼ ਦੇਖ ਸਕਦੀ ਹਾਂ। ਮੈਡਮ ਜੀ, ਜਿਸ ਤਰ੍ਹਾਂ ਤੁਸੀਂ ਅੱਜ ਆਏ ਹੈਗੇ ਹੋ, ਸਿਕੰਦਰ ਸਿੰਘ ਮਲੂਕਾ ਸਾਹਿਬ ਨਾਲ ਤਾਂ ਅਕਾਲੀ ਦਲ ਨਾਲ ਆਏ ਹੈਗੇ, ਨਾ ਤੁਹਾਡੇ ਨਾਲ ਹੈਗੇ, ਉਹ ਕਿਤੇ ਪਾਸੇ ਹੈ? ਸਾਡੇ ਨਾਲ ਹੈ ਬਿਲਕੁਲ, ਸਾਡੇ ਨਾਲ ਹੈ ਬਿਲਕੁਲ, ਸਾਡੇ ਹੈ ਹੀ ਨਾਲ। ਉਹ ਜਦੋਂ ਦੁੱਗਣੀ ਕੀ ਹੋਣੀ ਸੀਗੀ, ਦੁੱਗਣੀ ਹੈ ਸਾਡੇ ਨਾਲ ਨਾਲ ਨੇ। ਤੇ ਉਹਨਾਂ ਦੇ ਛੋਟੇ ਬ੍ਰਦਰ ਸਾਡੇ ਨਾਲ ਅਮਰੀਕਾ ਤੋਂ ਬੁਲਾਏ ਆ ਉਹਨਾਂ ਨੇ ਕਿ ਆ ਕੇ ਸਾਰੇ। ਕਿਉਂ ਨਹੀਂ ਨਜ਼ਰ ਆ ਰਹੇ ਮੈਮ ਆਫੀਸ਼ੀਅਲੀ, ਮਤਲਬ ਪਾਰਟੀ ਤੌਰ ਤੇ ਸਾਹਮਣੇ ਨਹੀਂ ਆ ਰਹੇ ਤੁਹਾਡੇ ਨਾਲ? ਦੇਖੋ, ਜਿਹਨੇ ਸਪੋਰਟ ਕਰਨੀ ਹੁੰਦੀ ਹੈ ਸਾਹਮਣੇ ਆਉਣ ਦੀ ਲੋੜ ਨਹੀਂ ਹੁੰਦੀ।
ਜਿਹਨੇ ਸਪੋਰਟ ਕਰਨੀ ਆਉਂਦੀ ਹੁੰਦੀ ਹੈ, ਸਾਹਮਣੇ ਆਉਣ ਦੀ ਲੋੜ ਨਹੀਂ ਹੁੰਦੀ, ਵੋਟਰ ਤਾਂ ਵੋਟਾਂ ਅੰਦਰ ਜਾ ਕੇ ਪਾਉਂਦੇ ਆ, ਸਪੋਰਟ ਵੀ ਅੰਦਰ ਹੁੰਦੀ ਹੈ, ਸੋ ਬਹੁਤ ਉਹ ਸਪੋਰਟ ਬਹੁਤ ਭਾਰੀ ਹੈ ਜਿਹੜੀ ਅੰਦਰੋਂ ਸਪੋਰਟ ਹੁੰਦੀ ਹੈ ਨਾ, ਤੁਸੀਂ ਵੀ ਸਮਝਦੇ ਹੋ, ਉਹ ਬਾਹਰਲੀ ਸਪੋਰਟ ਨਾਲੋਂ ਜ਼ਿਆਦਾ ਤਾਕਤ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹਦਾ ਕੋਈ ਵਿਜ਼ਨ ਹੈ, ਪਲੈਨ ਹੈ ਇੰਡੀਆ ਵਾਸਤੇ, ਬਾਕੀ ਕਿਸੇ ਪਾਰਟੀ ਕੋਲ ਕੋਈ ਪਲੈਨ ਨਹੀਂ ਸਿਵਾਏ ਮੋਦੀ ਜੀ ਨੂੰ ਹਰਾਉਣ ਦੀ ਕੋਸ਼ਿਸ਼ ਕਰਨ ਦੇ। ਸੋ ਵਿਕਸਿਤ ਭਾਰਤ ਦੇ ਵਿੱਚ ਸਭ ਕੁਝ ਆ ਜਾਂਦਾ, ਜਿੱਥੇ ਬੀਜੇਪੀ ਦੀ ਇੱਕ ਟੀਮ ਵੋਟਾਂ ਮੰਗ ਰਹੀ ਹੈ, ਕੰਪੇਨ ਕਰ ਰਹੀ ਹੈ, ਬੀਜੇਪੀ ਦੀ ਉਸ ਤੋਂ ਵੀ ਵੱਡੀ ਟੀਮ ਪਿੱਛੇ ਬੈਠ ਕੇ ਪਲਾਨਸ ਬਣਾ ਰਹੀ ਹੈ, ਪ੍ਰੋਗਰਾਮਸ ਬਣਾ ਰਹੀ ਹੈ ਕਿ ਭਾਰਤ ਨੂੰ ਕਿਵੇਂ ਵਿਕਸਿਤ ਕਰਨਾ 2047 ਤੱਕ। ਕਿਸਾਨੀ ਅੰਦੋਲਨ ਦੌਰਾਨ ਪੰਜਾਬ ਦੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸਭ ਤੋਂ ਵੱਧ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਹਰ ਮੋੜ, ਹਰ ਗਲੀ ਦੇ ਚੁਰਾਹੇ ਉੱਤੇ ਹਰਜੀਤ ਗਰੇਵਾਲ ਨੂੰ ਲਾਣਤਾਂ ਪਈਆਂ, ਪਰ ਉਹਨਾਂ ਨੇ ਭਾਜਪਾ ਦਾ ਸਾਥ ਨਹੀਂ ਛੱਡਿਆ ਅਤੇ ਹੁਣ ਲੋਕ ਸਭਾ ਚੋਣਾਂ ਮੌਕੇ ਉਹ ਫਿਰ ਤੋਂ ਐਕਟਿਵ ਹੋ ਚੁੱਕੇ ਹਨ। ਅੱਜ ਉਹਨਾਂ ਖੋਤੀ ਪੰਥਕ ਪਾਰਟੀ ਅਕਾਲੀ ਦਲ ਉੱਤੇ ਵੀ ਕਈ ਨਿਸ਼ਾਨੇ ਸਾਧੇ। ਗਰੇਵਾਲ ਨੇ ਦਾਅਵਾ ਕੀਤਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਕਿਸਾਨਾਂ ਦੇ ਮਸਲੇ ਵੀ ਹੱਲ ਕਰਾਂਗੇ ਅਤੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਵੀ ਸਜ਼ਾ ਦਵਾ ਕੇ ਦਿਖਾਵਾਂਗੇ। ਜਿਹੜਾ ਜਿਸ ਤਰ੍ਹਾਂ ਨਾਲ ਇਹਨਾਂ ਨੇ ਉਹ ਗੁਰਦੇਵ ਸਿੰਘ ਕੌਂਕੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ, ਕਾਰਜਕਾਰੀ ਜਥੇਦਾਰ ਸੀ, ਉਹ ਸਿੱਖਾਂ ਦੇ ਪੋਪ ਹੁੰਦੇ, ਉਹਨਾਂ ਦੇ ਟੁਕੜੇ ਟੁਕੜੇ ਕਰਤੇ। ਇਹ ਪੰਥਕ ਸਰਕਾਰ ਰਹੀ, ਡਿਪਟੀ ਸੀ ਐੱਮ ਰਹੇ, ਇਹ ਵੀ ਸੈਂਟਰ 'ਚ ਮਿਨਿਸਟਰ ਰਹੇ, ਉਹਨਾਂ ਦੀ ਕੋਈ ਇਨਸਾਫ ਨਹੀਂ ਮਿਲਿਆ। ਔਰ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ, ਸਾਡੇ ਬੀਬਾ ਜੀ ਨੂੰ ਜਿਤਾਓ, ਅਸੀਂ ਸਾਡੀ ਸਰਕਾਰ ਇੱਥੇ ਆਉਣ 'ਤੇ ਉਸ ਦਾ ਇਨਸਾਫ ਦੇਵਾਂਗੇ। ਹਰ ਹਾਲਤ 'ਚ ਭਾਜਪਾ ਦੇਵੇਗੀ, ਹੋਰ ਕਿਸੇ ਨੇ ਨਹੀਂ ਦੇਣਾ। ਕੀ ਕਾਰਨ ਕੀ ਹੈ ਕਿਸਾਨਾਂ ਨੂੰ ਖੁਸ਼ ਨਹੀਂ ਕਰ ਪਾਈ ਬੀਜੇਪੀ? ਜਗ੍ਹਾ ਜਗ੍ਹਾ ਕਿਸਾਨ ਜੇ ਕਿਸਾਨ ਸਾਡੇ ਨਾਲ ਨਾ ਹੁੰਦਾ ਤਾਂ ਦੇਸ਼ ਸਾਡੀ ਸਰਕਾਰ ਨਾ ਬਣੇ, ਅਸੀਂ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਨਾ ਬਣੀਏ। ਕਿਸਾਨ ਸਾਡੇ ਨਾਲ, ਇਹ ਸੁਣੋ ਯਾਰ, ਗੱਲ ਸੁਣ ਲਓ, ਇਹ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਆ, ਉਹ ਜਥੇਬੰਦੀਆਂ ਕੁਛ ਸਿਆਸੀ ਹਿੱਤਾਂ ਦੇ ਲਈ ਇਹ ਕਰਦੀਆਂ ਨੇ। ਮੈਂ ਕਹਿੰਦਾ ਕਿਸਾਨੀ ਮਸਲਾ ਹੈਗਾ, ਉਹਦਾ ਹੱਲ ਹੋਣਾ ਚਾਹੀਦਾ। ਕੀ ਉਹਦਾ ਹੱਲ ਸਾਡੇ ਪੱਥਰ ਮਾਰ ਕੇ ਹੋਊਗਾ? ਉਹਦਾ ਹੱਲ ਤਾਂ ਗੱਲਬਾਤ ਨਾਲ ਹੋਣਾ ਨਾ। ਆਹ ਸਰਕਾਰ ਸਾਡੀ ਆਊਗੀ, ਇਸ ਵੇਲੇ ਕੋਈ ਸਰਕਾਰ ਨਹੀਂ, ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋ ਸਕਦਾ, ਪਤਾ ਨਹੀਂ ਉਹ ਕਿਉਂ ਇਸ ਤਰ੍ਹਾਂ ਕਰਦੇ ਨੇ। ਸਰਕਾਰ ਆਊਗੀ, ਬਿਠਾ ਕੇ ਗੱਲ ਕਰਾਂਗੇ। ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ, ਬਰਨਾਲੇ ਮਹਿਲ ਕਲਾਂ 'ਚ ਸੀਗਾ, ਮੇਰੇ ਨਾਲ ਆ ਕੇ ਬੈਠੇ, ਬੜੇ ਸੈਟਿਸਫਾਈ ਹੋ ਕੇ ਗਏ। ਪਰ ਉਸ ਦੇ ਬਾਵਜੂਦ ਵੀ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਖਿਲਾਫ਼ ਹਾਂ ਔਰ ਤੁਹਾਡੇ ਮੋਦੀ ਜੀ ਦੇ ਵੀ ਖਿਲਾਫ਼ ਹਾਂ। ਮੈਂ ਕਿਹਾ ਜੀ ਉਹ ਕਿਉਂ? ਕਹਿੰਦੇ ਵਿਚਾਰਧਾਰਕ ਲੜਾਈ ਹੈ, ਵਿਚਾਰਧਾਰਾ ਦੀ ਲੜਾਈ। ਕਿਸਾਨ ਨੂੰ ਕਿਉਂ ਉਹਦੇ 'ਚ ਉਲਝਾਉਂਦੇ ਹੋ ਭਾਈ? ਅਸੀਂ ਤਾਂ ਤੁਹਾਡਾ ਸਾਰਾ ਕੁਛ ਕਰਨ ਨੂੰ ਤਿਆਰ ਹਾਂ। ਕਿਸਾਨ ਦੇ ਸਾਰੇ ਮਸਲੇ ਹੱਲ ਹੋਣਗੇ, ਮਸਲਾ ਕਿਸਾਨ ਦਾ ਪੂਰੀ ਦੁਨੀਆ 'ਚ ਵੀ ਹੈ। ਤੁਹਾਨੂੰ ਪਤਾ ਕਿ ਜਿਹੜੇ ਖੇਤੀ ਕਰਦੇ ਲੋਕ ਵਿਦੇਸ਼ਾਂ 'ਚ ਨੇ, ਉਹਨਾਂ ਨਾਲ ਵੀ ਕੋਈ ਲੜਕੀ ਸ਼ਾਦੀ ਕਰਾਉਣ ਨੂੰ ਤਿਆਰ ਨਹੀਂ ਹੁੰਦੀ। ਮਸਲਾ ਦੁਨੀਆ 'ਚ ਵੀ ਹੈ, ਮਸਲਾ ਦੇਸ਼ 'ਚ ਵੀ ਹੈ, ਮਸਲਾ ਪੰਜਾਬ 'ਚ ਵੀ ਹੈ। ਉਸ ਮਸਲੇ ਨੂੰ ਹੱਲ ਕਰਾਵਾਂਗੇ ਔਰ ਮੋਦੀ ਜੀ ਉਸ ਨੂੰ ਕਰਨਗੇ ਹਮਦਰਦੀ ਨਾਲ। ਉਸ 'ਤੇ ਉਸ ਉਹ ਸਾਡੇ ਭਰਾ ਨੇ, ਸਾਡੇ ਆਪਣੇ ਨੇ, ਕਿਉਂ ਨਹੀਂ ਹੱਲ ਕਰਨਾ? ਕਿਉਂ ਉਹ ਸੜਕਾਂ ਦੇ ਵਿੱਚ? ਭਗਵੰਤ ਮਾਨ ਹਰ ਥਾਂ ਇੱਕ ਗਾਣਾ ਬਹੁਤ ਵਜਾਉਂਦੇ ਹਨ, ਗਾਣਾ ਹੈ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ। ਪਰ ਅੱਜ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਤਫਸੀਲ ਨਾਲ ਦੱਸਿਆ ਕਿ ਭਗਵੰਤ ਮਾਨ ਸਗੋਂ ਇੱਕ ਦੋ ਵਾਰ ਨਹੀਂ ਹਰ ਵਾਰ ਦੱਬਿਆ, ਪਹਿਲਾਂ ਕੇਜਰੀਵਾਲ ਅੱਗੇ ਅਤੇ ਹੁਣ ਕਾਂਗਰਸ ਅੱਗੇ। ਦਰਅਸਲ ਅਰਸ਼ਦੀਪ ਕਲੇਰ ਨੇ ਇਲਜ਼ਾਮ ਲਗਾਇਆ ਕਿ ਅੱਜ ਆਪ ਵਾਲੇ ਅਤੇ ਕਾਂਗਰਸ ਵਾਲੇ ਮਿਲ ਕੇ ਚੋਣਾਂ ਲੜ ਰਹੇ ਹਨ। ਬਰਫ਼ ਦੀ ਸਿੱਲੀ ਵਾਂਗੂ ਪੰਜਾਬ ਪਿਘਲਦਾ ਜਾ ਰਿਹਾ ਅਤੇ ਸਾਡੇ ਮੁੱਖ ਮੰਤਰੀ ਸਾਹਿਬ ਗੱਡੀ ਦੇ ਛੱਤ 'ਤੇ ਗਾਣੇ ਲਾ ਕੇ ਨੱਚ ਰਹੇ ਨੇ ਔਰ ਲਗਾਤਾਰ 2 ਸਾਲ ਤੋਂ ਇੱਕੋ ਹੀ ਗਾਣਾ ਵਜਾਇਆ ਜਾ ਰਿਹਾ। ਕਹਿੰਦੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਦੱਬਦਾ ਕਿੱਥੇ? ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ
ਜਾਂ ਪੰਜਾਬ ਦੇ ਸਾਰੇ ਸਵਾਲਾਂ ਦਾ ਜਵਾਬ ਇੱਕ ਗਾਣਾ। ਯਾਰ ਤਾਂ ਦੱਬ ਗਿਆ ਭਗਵੰਤ ਮਾਨ ਸਾਹਿਬ, ਮੁੱਖ ਮੰਤਰੀ ਬਣਦੇ ਸਾਰ ਪਹਿਲਾਂ ਦੱਬਿਆ ਦਿੱਲੀ ਅੱਗੇ, ਜਦੋਂ ਇੱਕ ਦਸਖਤ ਕਰਕੇ ਸਾਰਾ ਪੰਜਾਬ ਦਿੱਲੀ ਦਾ ਗੁਲਾਮ ਬਣਾਤਾ, ਯਾਰ ਤਾਂ ਉਸੇ ਦਿਨ ਦੱਬ ਗਿਆ ਸੀ। ਫਿਰ ਦੱਬਿਆ ਯਾਰ ਕੇਂਦਰ ਦੀ ਸਰਕਾਰ ਅੱਗੇ, ਜਦੋਂ ਪਹਿਲਾਂ ਤਾਂ BSF 40 ਕਿਲੋਮੀਟਰ ਸਾਡੇ ਦੇਸ਼ ਦੀ ਸਰਹੱਦ ਦੇ ਅੰਦਰ ਆ ਗਈ, ਔਰ ਉਸ ਤੋਂ ਬਾਅਦ ਕੇਂਦਰ ਦੇ ਨਾਲ ਮਿਲ ਕੇ NSA ਦੇ ਝੂਠੇ ਮੁਕੱਦਮੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰਲੀ ਜੇਲ੍ਹਾਂ ਦੇ ਵਿੱਚ ਸਿੱਟਿਆ, ਯਾਰ ਤਾਂ ਉਸੇ ਦਿਨ ਦੱਬ ਗਿਆ ਸੀ। ਅਤੇ ਹੁਣ ਜਿਹੜਾ ਰਹਿੰਦਾ ਖੁੰਹਦਾ ਯਾਰ ਹੈ, ਉਹ ਦੱਬ ਗਿਆ ਕਾਂਗਰਸ ਅੱਗੇ। ਜਿਸ ਕਾਂਗਰਸ ਦੇ ਵਿਰੁੱਧ ਆਮ ਆਦਮੀ ਪਾਰਟੀ ਦਾ ਜਨਮ ਹੋਇਆ, ਜਿਹਨੂੰ ਕਹਿੰਦੇ ਸੀ ਕਿ ਭ੍ਰਿਸ਼ਟਾਚਾਰੀਆਂ ਦੀ ਮਾਂ ਹੈ ਕਾਂਗਰਸ, ਜਿਹਦੇ ਵਿਰੁੱਧ ਅੰਦੋਲਨ ਕੀਤਾ, ਅੱਜ ਉਸੇ ਕਾਂਗਰਸ ਦੇ ਨਾਲ ਸਮਝੌਤਾ ਕਰ ਲਿਆ, ਅਤੇ 2022 ਦੇ ਵਿੱਚ ਜਿਹੜਾ ਚੋਣ ਤੁਹਾਡਾ ਪ੍ਰਚਾਰ ਸੀ ਉਹ ਸਾਰਾ ਇਸ ਗੱਲ 'ਤੇ ਸੀ ਕਿ ਕਾਂਗਰਸ ਪੰਜਾਬ ਨੂੰ ਲੁੱਟ ਕੇ ਖਾ ਗਈ। ਤਾਂ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਕੀ ਯਾਰ ਇੰਨਾ ਦੱਬ ਗਿਆ ਕਿ ਹੁਣ ਉਹਨੂੰ ਬੱਸਾਂ ਦੀ ਜਿਹੜੀ ਬੋਡੀਆਂ ਵਾਲਾ ਕੇਸ ਹੈ ਉਹ ਨਹੀਂ ਦਿਖਦਾ। ਔਰ ਜਿਹੜਾ ਦੂਸਰਾ ਸਵਾਲ ਮੇਰਾ ਉਹ ਹੈ ਕਿ ਜਿਹੜੇ ਸੁਖਪਾਲ ਖਹਿਰਾ ਸਾਹਿਬ ਨੂੰ ਤੁਸੀਂ ਸਵੇਰੇ ਘਰੋਂ ਚੱਕਣ ਗਏ ਸੀ, ਤੁਸੀਂ ਕਹਿੰਦੇ ਸੀ ਜੀ ਸੁਖਪਾਲ ਖਹਿਰਾ ਨਾਲੋਂ ਤਾਂ ਵੱਡਾ ਕੋਈ ਡਰੱਗ ਦਾ ਤਸਕਰ ਹੀ ਹੈ ਨੀਗਾ, ਔਰ ਅੱਜ ਉਸੇ ਸੁਖਪਾਲ ਖਹਿਰਾ ਸਾਹਿਬ ਨੂੰ ਸੁਪਰੀਮ ਕੋਰਟ 'ਚ ਜਾ ਕੇ ਕਹਿੰਦੇ ਹੋ ਕਿ ਅਸੀਂ ਇਹਨਾਂ ਦੇ ਖਿਲਾਫ਼ ਮੁਕੱਦਮਾ ਹੀ ਨਹੀਂ ਚਲਾਉਣਾ, ਤਾਂ ਫਿਰ ਮੁੱਖ ਮੰਤਰੀ ਸਾਹਿਬ ਅੱਜ ਯਾਰ ਕਿਹੜੀ ਗੱਲੋਂ ਦੱਬ ਗਿਆ? ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਮਹਾਨ ਯੋਧੇ ਹਨ, ਜਿਨ੍ਹਾਂ ਪਹਿਲਾਂ ਖਾਲਸਾ ਰਾਜ ਕਾਇਮ ਕੀਤਾ ਅਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ। ਬੀਤੇ ਦਿਨੀ ਇਸ ਸੰਬੰਧੀ ਚੱਪੜਚਿੜੀ ਵਿਖੇ ਮਹਾਨ ਧਾਰਮਿਕ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਦੇ ਵਿੱਚ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਬਾਬਾ ਬੰਦਾ ਸਿੰਘ ਦੇ ਮਹਾਨ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ। ਅਕਸਰ ਆਪਾਂ ਗੱਲਾਂ ਕਰਦੇ ਹਾਂ ਕਿ ਮਾਂ ਨੂੰ ਪੁੱਤ ਬੜਾ ਪਿਆਰਾ ਹੁੰਦਾ, ਇੱਕ ਉਹਨਾਂ ਦੇ ਵਿੱਚ ਬੱਚਾ ਨੌਜਵਾਨ ਉਮਰ ਦਾ ਜਿਹਦਾ ਤਾਜ਼ਾ ਵਿਆਹ ਹੋਇਆ ਸੀ ਉਹ ਦਿੱਲੀ ਦੀ ਧਰਤੀ 'ਤੇ ਚਲੇ ਗਿਆ, ਮਾਤਾ ਨੇ ਜਾ ਕੇ ਉਸ ਰਾਜ ਦਰਬਾਰ ਦੇ ਵਿੱਚ ਇਹ ਕਿਹਾ ਕਿ ਮੇਰਾ ਪੁੱਤ ਸਿੱਖ ਨਹੀਂ, ਅਤੇ ਉਹ ਮਾਤਾ ਪੈਗਾਮ ਲੈ ਕੇ ਉਹਨਾਂ ਜਰਵਾਣਿਆਂ ਕੋਲ ਆਉਂਦੀ ਜਿੱਥੇ ਸਿਰ ਲਾਏ ਜਾਂਦੇ ਸੀ। ਫਿਰ ਇੱਥੇ ਸਿਦਕ ਦੇਖੋ ਗੁਰੂ ਦੀ ਕਲਾ ਕਿਵੇਂ ਵਰਤਦੀ ਆ, ਜਿਲ੍ਹੇ ਉਹ ਸਿੱਖ ਨੂੰ ਪਤਾ ਲੱਗਾ ਕਿ ਮੇਰੀ ਮਾਂ ਨੇ ਆਹ ਭੀਖ ਮੰਗੀ, ਉਹ ਕਹਿੰਦਾ ਮੈਨੂੰ, ਮੈਂ ਗੁਰੂ ਕਾ ਸਿੱਖ ਹਾਂ, ਮਾਂ ਮੇਰੀ ਝੂਠ ਬੋਲਦੀ ਆ, ਮੇਰਾ ਉਹੋ ਹੀ ਹਸ਼ਰ ਕਰੋ ਜਿਹੜਾ ਬਾਕੀ ਖਾਲਸੇ ਦਾ ਕੀਤਾ ਜਾਂਦਾ। ਇਹ ਕਲਾ ਗੁਰੂ ਸਾਹਿਬ ਜੀ ਆਪਣੇ ਸਿੱਖ ਵਿੱਚ ਵਰਤਾਉਂਦੇ ਆ, ਨਿਰਭੈਤਾ ਡਰ ਅਤੇ ਲਾਲਚ ਤੋਂ ਜਿਲ੍ਹੇ ਸਿੱਖ ਮੁਕਤ ਹੋ ਜਾਂਦਾ ਫਿਰ ਉਹ ਪੁਰਾਣਾ ਦੀ ਅਹੂਤੀ ਦੇਣ ਲੱਗਾ, ਪ੍ਰਵਾਹ ਨਹੀਂ ਕਰਦਾ। ਇਹ ਵਿਲੱਖਣਤਾ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ। ਸੋ ਸਭ ਤੋਂ ਵੱਡਾ ਮੈਂ ਦੇਖਦਾ ਜਿਹੜਾ ਜੇਰਾ ਹੁੰਦਾ ਪੁੱਤ ਦਾ ਹੁੰਦਾ, ਬਾਬਾ ਬੰਦਾ ਸਿੰਘ ਬਹਾਦਰ ਦੇ ਉਹ ਸੂਰਵੀਰ ਛੋਟੀ ਉਮਰ ਦੇ ਭਚੰਗੀ ਦਾ ਜਿਸਲੇ ਕਾਲਜਾ ਕੱਢ ਕੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਅਤੇ ਉਹ ਖਿੜਖੜਾ ਕੇ ਹੱਸਿਆ। ਉਹਨੇ ਸਮਝਿਆ ਵੀ ਸ਼ਾਇਦ ਜਿੱਦਾਂ ਆਪਾਂ ਮਸਤਾਨਾ ਕਹਿ ਦਿੰਦੇ ਮਸਤਾਨਾ ਹੋ ਗਿਆ, ਅਤੇ ਉਹ ਜਲਾਲ ਪੁੱਛਦਾ ਵੀ ਤੂੰ ਹੱਸਿਆ ਕਿਉਂ? ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਖਾਲਸਾ ਪੰਥ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਪਰ ਅੱਜ ਮੈਨੂੰ ਖੁਸ਼ੀ ਆ ਗੁਰੂ ਨੂੰ ਮੈਨੂੰ ਇਹ ਮਾਣ ਬਖਸ਼ਿਸ਼ ਕੀਤਾ, ਮੈਂ ਆਪਣੇ ਬੇਟੇ ਦੀ ਸ਼ਹਾਦਤ ਜਿਹੜੀ ਆ ਆਪਣੇ ਪਿੰਡੇ 'ਤੇ ਹੰਢਾ ਰਿਹਾ, ਇਹ ਖਾਲਸੇ ਪੰਥ ਨੂੰ ਜੋਗਤੀ ਬਖਸ਼ਿਸ਼ ਕੀਤੀ ਸੀ।
ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਤਾਕਤਵਰ ਸਰਕਾਰਾਂ ਲਈ ਬੜਾ ਵੱਡਾ ਚੈਲੇਂਜ ਬਣ ਚੁੱਕੇ ਹਨ ਤੇ ਹਾਲਾਤਾਂ ਤੋਂ ਇੰਝ ਲੱਗ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਪੱਕੀ ਹੈ। ਇਸ ਮੌਕੇ ਸੀਨੀਅਰ ਵਕੀਲ ਸਰਦਾਰ ਹਰਪਾਲ ਸਿੰਘ ਖਾਰਾ ਨੇ ਹਲਕਾ ਖਡੂਰ ਸਾਹਿਬ ਦੀ ਸੰਗਤ ਨੂੰ ਸੁਚੇਤ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਵਿਰੋਧੀ ਵੱਡੀ ਸਾਜ਼ਿਸ਼ਾਂ ਚੱਲਣਗੇ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਰਾਇਆ ਜਾ ਸਕੇ ਤੇ ਅਜਿਹੇ ਦੇ ਵਿੱਚ ਲੋਕ ਇਹਨਾਂ ਦੀਆਂ ਚਾਲਾਂ ਤੋਂ ਬਚਣ। ਸਤਿ ਸ਼੍ਰੀ ਅਕਾਲ। ਮੈਂ ਕਾਫੀ ਦਿਨ ਤੋਂ ਪੱਟੀ ਹਲਕੇ ਦੇ ਅੰਦਰ ਖਡੂਰ ਸਾਹਿਬ ਦੀ ਜੋ ਲੋਕ ਸਭਾ ਸੀਟ ਹੈ, ਕਾਫੀ ਦਿਨ ਤੋਂ ਮੈਂ ਪੱਟੀ ਹਲਕੇ ਦੇ ਵਿੱਚ ਸੀ ਤਾਂ ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੇ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਚਾਹੇ ਕੋਈ ਅਹੁਦੇਦਾਰ ਆਮ ਆਦਮੀ ਦਾ, ਚਾਹੇ ਕੋਈ ਸਰਪੰਚ ਕਾਂਗਰਸ ਦਾ, ਚਾਹੇ ਕੋਈ ਸਾਬਕਾ ਅਕਾਲੀ ਦਲ ਦਾ ਸਰਪੰਚ ਹੈ, ਕੋਈ ਚੇਅਰਮੈਨ ਹੈ, ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਦੇਖੇ ਨੇ ਮੈਂ ਇਹਨਾਂ ਪਿੰਡਾਂ ਦੇ ਅੰਦਰ। ਸਭ ਦੀ ਇੱਕੋ ਆਵਾਜ਼ ਹੈ ਕਿ ਭਾਜੀ ਅਸੀਂ ਕਿਉਂ ਲੜੀਏ, ਇਹ ਸਾਡੀ ਪੰਥਕ ਸੀਟ ਹੈ, ਅਸੀਂ ਕੀ ਲੈਣਾ ਇਹਨਾਂ ਪਾਰਟੀਆਂ ਤੋਂ। ਮੈਂ ਕਹਿੰਦਾ ਜੀ ਅੱਡ ਅੱਡ ਪਿੰਡਾਂ ਚ ਘੱਟੋ ਘੱਟ ਮੈਂ 40-50 ਪਿੰਡਾਂ ਚ ਜਾ ਇਹਨਾਂ ਦਿਨਾਂ ਦੇ ਅੰਦਰ ਤੇ ਉੱਥੇ ਇੱਕੋ ਚੀਜ਼ ਮੈਂ ਦੇਖੀ ਹੈ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਅੰਮ੍ਰਿਤਪਾਲ। ਸੋ ਏਡਾ ਸੋਹਣਾ ਲੱਗਿਆ ਕਿ ਦੁਸ਼ਮਣੀਆਂ ਖਤਮ ਹੋ ਚੁੱਕੀਆਂ ਨੇ, ਕੋਈ ਅਜਿਹੀ ਗੱਲ ਨਹੀਂ। ਸੋ ਮੇਰੀ ਇੱਕ ਲੋਕਾਂ ਨੂੰ ਬੇਨਤੀ ਹੈ ਕਿ ਜਿਸ ਦਿਨ ਭਾਈ ਅੰਮ੍ਰਿਤਪਾਲ ਨੂੰ ਚੋਣ ਨਿਸ਼ਾਨ ਮਿਲੇ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਕਈ ਵਾਰ ਸਰਕਾਰ ਚਲਾਕੀ ਕਰਦੀ ਹੈ, ਉਸੇ ਨਾਂ ਦਾ ਇੱਕ ਆਦਮੀ ਹੋਰ ਕੈਂਡੀਡੇਟ ਖੜਾ ਕਰ ਦਿੰਦੇ ਨੇ ਤਾਂ ਉੱਥੇ ਵੋਟਾਂ ਦੀ ਪ੍ਰੋਬਲਮ ਆਵੇਗੀ। ਦੂਸਰਾ ਮੇਰੀ ਇੱਕ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਇਸ ਜਿਹੜੀ ਖਡੂਰ ਸਾਹਿਬ ਸੀਟ ਦੇ ਲੋਕ ਨੇ ਉਹ ਆਪਦੀ ਜ਼ਿੰਮੇਵਾਰੀ ਆਪ ਸਮਝਣ। ਭਾਈ ਅੰਮ੍ਰਿਤਪਾਲ ਦੇ ਫਾਦਰ, ਉਹਨਾਂ ਦਾ ਪਰਿਵਾਰ ਬੜੇ ਇਨੋਸੈਂਟ ਤੇ ਸ਼ਰੀਫ ਆਦਮੀ ਨੇ, ਉਹ ਕੋਈ ਸਿਆਸੀ ਆਦਮੀ ਨਹੀਂ। ਜਿਹੜੇ ਸਿਆਸੀ ਲੋਕ ਉਹਨਾਂ ਨੂੰ ਵੰਗਾਰ ਰਹੇ ਨੇ ਉਹ ਬੜੀ ਇੱਕ ਬੇਤੁਕੀ ਗੱਲ ਹੈ। ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹ ਵੀ ਇਨੋਸੈਂਟ ਜੇ ਬੜੇ ਸ਼ਰੀਫ ਆਦਮੀ ਨੇ, ਉਹਨਾਂ ਨੂੰ ਵਲ ਛਲ ਨਹੀਂ ਆਉਂਦਾ। ਸੋ ਮੇਰੀ ਬੇਨਤੀ ਹੈ ਖਡੂਰ ਸਾਹਿਬ ਦੀ ਸੀਟ ਤੇ ਤੁਸੀਂ ਸਾਰਿਆਂ ਨੂੰ ਆਪਦੀ ਸੀਟ ਸਮਝ ਕੇ, ਆਪਦੇ ਇਲੈਕਸ਼ਨ ਸਮਝ ਕੇ ਇਹ ਸਪੋਰਟ ਕਰੋ ਤੇ ਨਿਗਾਹ ਰੱਖੋ ਕਿਤੇ ਕੋਈ ਲੀਡਰ ਜਿਹੜਾ ਦੂਸਰਾ ਬਾਹਰ ਦਾ ਲੀਡਰ ਆ ਕੇ ਚਲਾਕੀ ਨਾਲ ਕੋਈ ਗੜਬੜ ਨਾ ਕਰੇ। ਇਹਨਾਂ ਕਹਿੰਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਇਹ ਸਨ ਹੁਣ ਤੱਕ ਦੀਆਂ ਪੰਜਾਬੀ ਖਬਰਾਂ। ਜਲਦੀ ਮਿਲਦੇ ਹਾਂ, ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ। ਸਤਲੁਜ।